ਆਪਣੇ ਸੂਰਜ ਦੇ ਸਾਡੇ ਵਾਸਤੇ ਨਾਮਤ ਬਣਾਏ ਲੇਕਿਨ ਜਦ ਸੂਰਜ ਆਪਣੀ ਗਰਮੀ ਜ਼ਿਆਦਾ ਕਰ ਲਵੇ ਤਕਾਵਸ ਕਰ ਦੇ ਉਸ ਦੇ ਸੂਰਜ ਦੀ ਗਰਮੀ ਦੇ ਨਾਲ ਇਨਸਾਨ ਪਰਿਚਰਨ ਕਰਨੇ ਸ਼ੁਰੂ ਹੋ ਜਾਵੇ ਉਹ ਜਾਂਦਾ ਦੀ ਸੂਰਜ ਇਸਤਾਰ ਕਰ ਲੈਣਾ ਲੇਕਿਨ ਮੁਸਤਫਾ ਕਰੀਮ ਦੇ ਨਾਮਤ ਵਜੋਂ ਫਰਮਾਨ ਖਾਲਕ ਹੈ ਕਾਇਨਾਤ ਮਾਲਕ ਹੈ ਕਾਇਨਾਤ ਬਾਰਿਸ਼ ਫੂਲਾਂ ਦੇ ਉੱਤੇ ਵੀ ਬਸਾ ਦੇਣਾ ਬਾਰਿਸ਼ ਗੰਦੀ ਦੇ ਖੇੜਾਂ ਦੇ ਵੀ ਹੋ ਜਾਏ ਜਦ ਬਾਰਿਸ਼ ਗੰਦੀ ਦੇ ਖੇੜਾਂ ਦੇ ਪਾਣੀਆਂ ਦਾ ਤੇ ਬਦਬੂਆਂ ਦੇ ਲੇਕਿਨ ਜਦੋਂ ਫੁੱਲਾਂ ਤੇ ਬਾਰਿਸ਼ ਹੁੰਦੀ ਆ ਖੇਲ ਪਾਣੇ ਮੁਸਕਰਾ ਪਾਣੇ ਇਸੇ ਕਰਾਂ ਮੁਸਤਫਾ ਕਰੀਮ ਦੇ ਬਣਾਓ ਅੱਜ ਤੁਸੀਂ ਬੜੇ ਖੁਸ਼ਕਿਸਮਤ ਹੋ ਮੇਰੇ ਸਾਹਮਣੇ ਬੈਠੇ ਹੋ ਤੁਹਾਡੇ ਚਿਹਰੇ ਵੇਖ ਕੇ ਮੇਰੇ ਚਿਹਰੇ ਤੇ ਖੁਸ਼ੀ ਵੀ ਆ ਰਹੀ ਹੈ ਅੱਜ ਤੁਹਾਡੇ ਚਿਹਰੇ ਤੇ ਮੁਸਕਰਾਹਟ ਆ ਗਈ ਹੈ ਤੁਸੀਂ ਸਾਹਮਣੇ ਖੇਰ ਵੀ ਕਵਲਦਾ ਚਾਲੇ ਸਰੇ ਤੁਹਾਡੇ ਚਿਹਰੇ ਮੁਸਕਰਾਹਟ ਪੈਨੇ ਸੁਣੀ ਕਾਡੇ ਖੁਸ਼ਕਿਸਮਤ ਨੇ ਕਈ ਆਏ ਵੀ ਬੰਦ ਬਖ ਬੈਠੇ ਹੋ ਸਨੇ ਜਿਨ੍ਹਾਂ ਨੂੰ ਅਜੇ ਸ਼ੇਰਾ ਦੇ ਵੀ ਜਾਂਦੇ ਸਾਡੇ ਯਾਦ ਆ ਜਿਹੜੇ ਅੱਗੇ ਗੱਲ ਪੈ ਸੋਚ ਰਹੇ ਇਹ ਮੀਨਾਰ ਸ਼ਰੀਫ ਕਿੱਥੇ ਲਿਖਿਆ ਇਹ ਛੜੀਆਂ ਕਿੱਥੇ ਲਿਖਿਆ ਇਹ ਠੰਡੇ ਤੇ ਲਾਟਾ ਕਿੱਥੇ ਲਿਖਿਆ ਸਾਬਿਰ ਕਰੋ ਲੇਕਿਨ ਖੁਦਾ ਦੀ ਇੱਜ਼ਤ ਦੀ ਗੱਲ ਹੈ ਤੁਸੀਂ ਬੜੇ ਖੁਸ਼ ਕਿਸਮਤ ਜਿਨ੍ਹਾਂ ਨੇ ਨਬੀਆਂ ਵਾਲ ਸ਼ਰੀਫ ਦਾ ਚੰਨ ਚੰਦਰਾ ਆ ਕੇ ਆਪਣੇ ਚਿਹਰੇ ਤੇ ਖੁਸ਼ੀ ਲੈ ਕੇ ਆ ਗਿਆ ਆਪਣੇ ਨਬੀ ਦੀ ਆਮਦ ਮਿਲਾਦ ਮਨਾ ਕੇ ਗਏ ਮੁਸਤਫਾ ਕਰੀਮ ਦੇ ਹੁਲਾ ਬਤਵਜ ਫਰਮਾ ਆਖਰੀ ਗੱਲ ਕਰਕੇ ਲੈ ਇਜਾਜ਼ਤ ਦੇ ਚਾਹਦਾ ਕਿਉਂਦੇ ਮੌਕਾ ਨਹੀਂ ਮੈਂ ਆਪਣੀ ਗੱਲ ਪਾ ਕੇ ਲੈ ਕੇ ਜਾਣਾ ਹਜ਼ਰਤ ਮੂਸਾ ਕਰੀਮ ਅੱਲਾ ਦਾ ਹੁੰਦੀ ਹੈ ਆਪ ਦਾ ਬੜੀ ਮੁਸ਼ਕਿਲ ਦੇ ਨਾਲ ਵਾਂਗਾ ਤੇ ਗੁਜ਼ਰ ਪੇਸ਼ ਵੀ ਹੁੰਦਾ ਆਪ ਨੇ ਅੱਲਾ ਦੇ ਪਿਆਰੇ ਨਬੀ ਹਜ਼ਰਤ ਮੂਸਾ ਕਰੀਮ ਅੱਲਾ ਦੀ ਖਿਦਮਤ ਯਾਦ ਆ ਅਰੇ ਕੀਤੀ ਹੈ ਅੱਲਾ ਦੇ ਪਿਆਰੇ ਨਬੀ ਹਜ਼ਰਤ ਮੂਸਾ ਕਰੀਮ ਅੱਲਾ ਕਿਆ ਮੇਰੀ ਮਿੱਤੇ ਦੇ ਮੇਰੀ ਜ਼ਿੰਦਗੀ ਦੇ ਅੰਦਰ ਇੱਕ ਨਬੀ ਦੇ ਸਾਹਮਣੇ ਲਿਖਾਇਆ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਪੇਟ ਭਰ ਕੇ ਇਧਰ ਖਾਲ ਹਜ਼ਰਤ ਮੂਸਾ ਕਰੀਮ ਅੱਲਾ ਨੇ ਕੀਤੀ ਹੈ ਮੇਰੇ ਮਨ ਨੇ ਕਿਆ ਕਿਆ ਕਰਿਆ ਆਪਣੇ ਸਵਾਲ ਦੀ ਵਜ਼ਾਹਤ ਕਰੇ ਕਿਉਂਕਿ ਮੇਰੇ ਇਤਿਹਾਸ ਦੇ ਅੰਦਰ ਚਾਰ ਚਾਰ ਦੇ ਅੰਦਰ ਚੱਲਾ ਨਹੀਂ ਚੱਲਦਾ ਖਾਲਕ ਕਾਇਨਾਤ ਮਾਲਕ ਕਾਇਨਾਤ ਕਾ ਮੈਨੂੰ ਇੱਕ ਦਿਨ ਇਤਿਹਾਸ ਦਾ ਤਾਅ ਕਰ ਦੇਵਾ ਮੈਂ ਪੇਟ ਭਰ ਕੇ ਖਾ ਲਿਆ ਹਜ਼ਰਤ ਮੂਸਾ ਕਰੀਮ ਅੱਲਾ ਚੱਲ ਗਏ ਕੋਈ ਦੂਰ ਦੇ ਪਹਾੜ ਕੇ ਜਾ ਗਏ ਅੱਲਾ ਦੀ ਬਰਕਤ ਕੇ ਸਲਾਮ ਬਾਤ ਕੀਤੀ ਬਾਜੀ ਕਰ ਰਹੇ ਬਾਜੀ ਕਰਨ ਤੋਂ ਬਾਅਦ ਆਪਣੇ ਉੱਚੇ ਜਾ ਪੇਹਾਮ ਸੁਣਾ ਹੈ ਖਾਲਕ ਕਾਇਨਾਤ ਮਾਲਕ ਕਾਇਨਾਤ ਨੇ ਫਰਮਾਇਆ ਮੈਂ ਮੇਰੇ ਪਿਆਰੇ ਨਬੀ ਹਜ਼ਰਤ ਮੂਸਾ ਕਰੀਮ ਅੱਲਾ ਤੁਸੀਂ ਜਾਓ ਵਾਪਸ ਚਲੇ ਜਾ ਦੂਸਰੇ ਦਿਨ ਜਸਰ ਬੰਨੇ ਨੇ ਡੇਰਾ ਦੇ ਜਰ ਮੁਚਾ ਲਿਆ ਦੂਸਰੇ ਦਿਨ ਆ ਕੇ ਕੇ ਦੇਖਦਾ ਨਹੀਂ ਤਾਂ ਨੂਰੀ ਮਖਲੂਕ ਲੈ ਕੇ ਉਸਦੇ ਦਰਵਾਜ਼ੇ ਕੇ ਕੋਈ ਉਸ ਨੇ ਕੀ ਦਾ ਸਾਰਾ ਨਜ਼ਰ ਪਕਵਾ ਕੇ ਤਕਸੀਮ ਕਰ ਲਿਆ ਕਿਉਂਕਿ ਮੈਂ ਆਪਣੀ ਗੱਲ ਨੂੰ ਮੁਤਸਰ ਪਿਆ ਕਰਦਾ ਮੇਰੇ ਕੋਲ ਵਕਤ ਨਹੀਂ ਹੈ ਤਕਸੀਮ ਬਿਆਨ ਕਰਨ ਦਾ ਮੁਸਤਫਾ ਕਰੀਮ ਦਾ ਗੁਲਾਮ ਤਵੱਜੋ ਫਰਮਾ ਹਜ਼ਰਤ ਮੂਸਾ ਕਰੀਮ ਅੱਲਾ ਦੇ ਹੁੰਦੇ ਨੇ ਜਦ ਰਜ਼ਕ ਤਕਸੀਮ ਕਰ ਲਿਆ ਤਕਸੀਮ ਕਰਨ ਦਾ ਬਾਅਦ ਕੁਝ ਅਰਸੇ ਬਾਅਦ ਅੱਲਾ ਦੇ ਪਿਆਰੇ ਨਬੀ ਹਜ਼ਰਤ ਮੂਸਾ ਕਰੀਮ ਅੱਲਾ ਦਾ ਉਸ ਜਗ੍ਹਾ ਤੇ ਗੁਜ਼ਾਰ ਗਿਆ ਜਦੋਂ ਆਪ ਖੁਦ ਦੇ ਦਿਲ ਦੇ ਕੇ ਦੇਖਦੇ ਨੇ ਪੀਰ ਖਾਨਾ ਲਗਾਇਆ ਹਜ਼ਰਤ ਮੂਸਾ ਕਰੀਮ ਅੱਲਾ ਪਰੇਸ਼ਾਨ ਹੋ ਗਏ ਆਰੇ ਕੀ ਰਿਹਾ ਹੈ ਮੇਰੇ ਪਿਆਰੇ ਅੱਲਾ ਕੀ ਬਚ ਰਿਜ਼ਕ ਤਾਉ ਸੀ ਜਿਹੜਾ ਮੈਂ ਇੱਕ ਦਿਨ ਸਰਬੰਦੇ ਨੂੰ ਅਤਾ ਕਰ ਗਿਆ ਅੱਲਾ ਜੀ ਨੇ ਫਰਮਾਇਆ ਐ ਪਿਆਰੇ ਮੂਸਾ ਕਰੀਮ ਅੱਲਾ ਤੇਰਾ ਸਵਾਲ ਵੀ ਠੀਕ ਲੱਗ ਗਿਆ ਜਦੋਂ ਬੰਦਾ ਦੁਨੀਆਦਾਰਾਂ ਦੇ ਨਾਲ ਤਜਾਰਤ ਕਰਦਾ ਉਸ ਨੂੰ ਨਫਾ ਦੇਣਾ ਉਸ ਮੇਰੇ ਬੰਦੇ ਨੇ ਮੇਰੇ ਨਾਲ ਤਜਾਰਤ ਕੀਤੀ ਰਿਜ਼ਕ ਮੈਂ ਉਸ ਨੂੰ ਸਾਰਾ ਅਤਾ ਕਰ ਦਿੱਤਾ ਉਸੇ ਪਰਵਾਹ ਨਹੀਂ ਕੀਤੇ ਕੱਲ ਆਉਣ ਵਾਲੇ ਦਿਨ ਮੇਰਾ ਇਹ ਬਣੇਗਾ ਕੱਲ ਵੀ ਇਸ ਰਿਜ਼ਕ ਨੂੰ ਮੈਂ ਖਾਇਆ ਲੇਕਿਨ ਉਹ ਸਾਰਾ ਰਿਜ਼ਕ ਪਾਉਗਾ ਕਿ ਅੱਲਾ ਦੇ ਜਨੀਮਾ ਮਸੀਨਾ ਦੇ ਅੱਲਾ ਦੇ ਰਾਹ ਦੇ ਤਕਸੀਮ ਕਰ ਦਿੱਤਾ ਇਸ ਅੱਲਾ ਦੇ ਨਾਲ ਤਜਾਰਤ ਕੀਤੀ ਅੱਲਾ ਦਾ ਵਾਦਾ ਹੈ ਜਿਹੜਾ ਬੰਦਾ ਮੇਰੇ ਨਾਲ ਇੱਕ ਰੁਪਏ ਖਰਚ ਕਰਦਾ ਮੈਂ ਉਸ ਨੂੰ ਇਸ ਦੁਨੀਆ ਦੇ ਅੰਦਰ 10 ਗੁਣਾ ਪਾ ਕਰਦਾ 70 ਗੁਣਾ ਸਾਡੇ ਅੰਦਰ ਉਸ ਨੂੰ ਅਤਾ ਕਰਿਆ ਖਾਲਕ ਕਾਇਨਾਤ ਮਾਲਕ ਕਾਇਨਾਤ ਨੇ ਆਪ